ਚੰਡੀਗੜ੍ਹ ਸ਼ਹਿਰ ਦੇ ਨਵੇਂ ਚੁਣੇ ਮੇਅਰ ਕੁਲਦੀਪ ਕੁਮਾਰ ਹੋਰਾਂ ਦੇ ਵੱਲੋਂ ਚੰਡੀਗੜ੍ਹ ਵਾਸੀਆਂ ਨੂੰ ਨਵੀਂ ਸੁਗਾਤ ਦੇਣ ਦੀ ਤਿਆਰੀ ਕਰ ਲਈ ਗਈ ਹੈ, ਏਜੰਡਾ ਤਿਆਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੰਡੀਗੜ੍ਹ ਵਾਸੀਆਂ ਨੂੰ 20,000 ਲੀਟਰ ਮੁਫਤ ਸਾਫ਼ ਪਾਣੀ, ਵਰਤੋਂਯੋਗ ਪਾਣੀ ਅਤੇ ਨਾਲ ਦੀ ਨਾਲ ਮੁਫਤ ਪਾਰਕਿੰਗ ਦੀ ਜਿਹੜੀ ਸਹੂਲਤ ਹੈ ਉਹ ਦੇਣ ਦੇ ਲਈ ਏਜੰਡਾ ਤਿਆਰ ਕਰ ਲਿਆ ਗਿਆ ਹੈ ਅਤੇ ਮੀਟਿੰਗ ਹੋਈ ਹੈ ਨਗਰ ਨਿਗਮ ਦੀ, ਜਿਸ ਤੋਂ ਬਾਅਦ ਦੇ ਵਿੱਚ ਇਸ ਦਾ ਪ੍ਰਸਤਾਵ ਰੱਖਿਆ ਗਿਆ। ਅਤੇ ਹੁਣ ਕੁਲਦੀਪ ਕੁਮਾਰ ਹੋਰਾਂ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਸਾਡਾ ਅਗਲਾ ਕੰਮ ਹੋਏਗਾ ਕਿ ਇਹਨੂੰ ਗਵਰਨਰ ਦੇ ਕੋਲੋਂ ਇਸ ਏਜੰਡੇ ਨੂੰ ਪਾਸ ਕਰਾ ਲਿਆ ਜਾਏ। ਹਾਲਾਂਕਿ ਮੀਟਿੰਗ ਦੇ ਵਿੱਚ ਇਸ ਦੇ ਉੱਤੇ ਮੋਹਰ ਲਗਾ ਦਿੱਤੀ ਗਈ ਹੈ ਅਤੇ ਹੁਣ ਰਾਜਪਾਲ ਦੀ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਰਾਜਪਾਲ ਇਹਨੂੰ ਕਦੋਂ ਮਨਜ਼ੂਰੀ ਦਿੰਦੇ ਆ। ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਬਹੁਤ ਵੱਡੀਆਂ ਗੱਲਾਂ ਆਖੀਆਂ ਜਾਂਦੀਆਂ ਸੀ। ਇਹ ਕਿਹਾ ਜਾਂਦਾ ਸੀ ਕਿ ਚੰਡੀਗੜ੍ਹ ਦੀ ਇਸ ਤੋਂ ਪਹਿਲਾਂ ਦੀ ਜੋ ਵੀ ਉੱਥੋਂ ਦੀ ਬੋਡੀ ਸੀ ਉਸ ਦੇ ਵੱਲੋਂ ਲਗਾਤਾਰ ਲੋਕਾਂ ਦੇ ਉੱਤੇ ਬੋਝ ਵਧਾਇਆ ਜਾ ਰਿਹਾ ਸੀ। ਇੱਕ ਤਾਂ ਪਹਿਲੀ ਗੱਲ, ਬਿਨਾਂ ਕਿਸੇ ਲੋੜ ਤੋਂ ਟੈਕਸ ਲਗਾਏ ਜਾ ਰਹੇ ਸੀ ਅਤੇ ਦੂਜਾ ਪਾਰਕਿੰਗ ਦੀਆਂ ਜਿਹੜੀਆਂ ਫੀਸਾਂ ਨੇ ਉਹਨਾਂ ਨੂੰ ਵਧਾ ਕੇ ਲੋਕਾਂ ਦੀਆਂ ਜੇਬਾਂ ਦਾ ਨੁਕਸਾਨ ਕੀਤਾ ਜਾ ਰਿਹਾ ਸੀ। ਅਤੇ ਅਗਲਾ ਪੀਣ ਵਾਲਾ ਅਤੇ ਘਰੇ ਵਰਤਣ ਵਾਲਾ ਜਿਹੜਾ ਪਾਣੀ ਹੈ ਉਸ ਦੇ ਜਿਹੜੇ ਪ੍ਰਾਈਸਿਸ ਨੇ ਉਹ ਵੀ ਹਾਈ ਕੀਤੇ ਹੋਏ ਸੀ। ਇਸ ਤਰੀਕੇ ਦੀਆਂ ਗੱਲਾਂ ਆਖੀਆਂ ਜਾਂਦੀਆਂ ਸੀ ਕਥਿਤ ਤੌਰ ਦੇ ਉੱਤੇ। ਹਾਲਾਂਕਿ ਇਸ ਤੋਂ ਬਾਅਦ ਦੇ ਵਿੱਚ ਕੁਲਦੀਪ ਕੁਮਾਰ ਜਦੋਂ ਮੇਅਰ ਬਣਦੇ ਆ ਤਾਂ ਉਹ ਪਹਿਲਾ ਨਾਰਾ ਇਹੀ ਦਿੰਦੇ ਆ ਕਿ ਮੈਂ ਲੋਕਾਂ ਦੇ ਲਈ ਕੰਮ ਕਰਾਂਗਾ, ਤਾਂ ਇਸੇ ਦੇ ਚੱਲਦੇ ਹੁਣ ਉਹਨਾਂ ਨੇ ਆਪਣਾ ਪਹਿਲਾ ਕਦਮ ਪੁੱਟਣ ਦੀ ਕੋਸ਼ਿਸ਼ ਕੀਤੀ ਹੈ। ਚੰਡੀਗੜ੍ਹ ਵਾਸੀਆਂ ਨੂੰ, ਪੂਰੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਜਿਹੜੇ ਜਿਹੜੇ ਵੀ ਪਾਣੀ ਦੇ ਸਰਕਾਰੀ ਕਨੈਕਸ਼ਨ ਨੇ, ਭਾਵ ਕਿ ਜਿਹੜੇ ਪ੍ਰਾਈਵੇਟ ਕਨੈਕਸ਼ਨ ਨੇ ਉਹਨਾਂ ਦੀ ਗੱਲ ਵੱਖਰੀ ਹੈ, ਪਰ ਜਿਹੜੇ ਸਰਕਾਰੀ ਕਿਹਾ ਜਾ ਰਿਹਾ ਕਿ ਕਨੈਕਸ਼ਨ ਨੇ, ਹਾਲਾਂਕਿ ਅਜੇ ਸਾਫ਼ ਨਹੀਂ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਕਨੈਕਸ਼ਨਾਂ ਦਾ ਕੀ ਹਿਸਾਬ ਕਿਤਾਬ ਹੋਏਗਾ, ਪਰ ਕਿਹਾ ਜਾ ਰਿਹਾ ਹੈ, ਸੂਤਰ ਦੱਸਦੇ ਹੈ ਕਿ 20,000 ਲੀਟਰ ਪਾਣੀ ਹੈ ਜਿਹੜਾ ਉਹ ਹਰ ਮਹੀਨੇ ਪ੍ਰਤੀ ਮਹੀਨੇ ਚੰਡੀਗੜ੍ਹ ਵਾਸੀਆਂ ਨੂੰ ਮੁਫਤ ਦੇ ਵਿੱਚ ਮਿਲਿਆ ਕਰੇਗਾ। ਇਹ ਜਿਉਂ ਦੀ ਤਿਉਂ ਚੰਡੀਗੜ੍ਹ ਪੰਜਾਬ ਵਾਲਾ ਜਿਹੜਾ ਏਜੰਡਾ ਉਹੀ ਲਾਗੂ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਬਿਜਲੀ ਨੂੰ ਲੈ ਕੇ ਹੈ ਅਤੇ ਇੱਥੇ ਚੰਡੀਗੜ੍ਹ ਦੇ ਵਿੱਚ ਸਾਫ਼ ਪਾਣੀ ਨੂੰ ਲੈ ਕੇ ਹੈ, ਪੀਣ ਵਾਲੇ ਪਾਣੀ ਨੂੰ ਲੈ ਕੇ ਹੈ। ਜਿਵੇਂ ਉੱਥੇ ਹੁੰਦਾ ਸੀ ਕਿ ਜੇਕਰ 900 ਯੂਨਿਟ ਬਿਜਲੀ ਤੁਸੀਂ ਵਰਤਦੇ ਹੋ ਕੋਈ ਬਿੱਲ ਨਹੀਂ ਦੇਣਾ ਪਏਗਾ, ਇਸ ਤੋਂ ਅੱਗੇ ਤੁਹਾਨੂੰ ਬਿੱਲ ਦੇਣਾ ਪਏਗਾ, ਤਾਂ ਫਿਰ ਉਸੇ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਕਰ ਦਿੱਤਾ ਗਿਆ ਕਿ 20,000 ਲੀਟਰ ਪਾਣੀ ਹੈ ਜਿਹੜਾ ਪੂਰੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਫ੍ਰੀ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾਇਆ ਕਰੇਗਾ ਅਤੇ ਬਾਕੀ ਪਾਣੀ ਜੋ ਵੀ ਜ਼ਿਆਦਾ ਜਿਹਦੀ ਵਰਤੋਂ ਹੋਏਗੀ ਉਹਦਾ ਬਿੱਲ ਆਇਆ ਕਰੇਗਾ। ਤਾਂ ਇਹ ਗੱਲ ਇੱਕ ਕੀਤੀ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ, ਏਜੰਡਾ ਪਾਸ ਕਰ ਲਿਆ ਗਿਆ। ਅਤੇ ਉਸ ਤੋਂ ਅਗਲੀ ਜਿਹੜੀ ਗੱਲ ਹੈ ਉਹ ਹੈ ਪਾਰਕਿੰਗ ਦੀ। ਦੁਪਹੀਆ ਵਾਹਨ ਹੋਣ, ਚਾਹੇ 4-ਪਹੀਆ ਵਾਹਨ ਹੋਣ, ਚਾਹੇ 3-ਪਹੀਆ ਵਾਹਨ ਹੋਣ, ਪਾਰਕਿੰਗ ਦੀਆਂ ਫੀਸਾਂ ਨੇ ਲੋਕਾਂ ਦਾ ਉਤਰਾਅ ਕੱਢਿਆ ਹੋਇਆ ਸੀ, ਖਾਸ ਤੌਰ 'ਤੇ ਚੰਡੀਗੜ੍ਹ ਵਾਸੀਆਂ ਦਾ, ਕਿਉਂਕਿ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਹੀ ਆਪਣੇ ਸਾਧਨ ਖੜਾਉਣੇ ਪੈਂਦੇ ਹੈ। ਤਾਂ ਫਿਰ ਪਾਰਕਿੰਗ ਦੀ ਜਿਹੜੀ ਫੀਸ ਹੈ ਉਹ ਵੀ ਜ਼ੀਰੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਰਕਿੰਗ ਫੀਸਾਂ ਨੂੰ ਵੀ ਬੰਦ ਕਰਨ ਦੇ ਲਈ ਏਜੰਡਾ ਤਿਆਰ ਕੀਤਾ ਗਿਆ। ਹਾਲਾਂਕਿ ਗਵਰਨਰ ਇਹਨੂੰ ਪਾਸ ਕਰਦੇ ਆ ਜਾਂ ਨਹੀਂ, ਇਹ ਜ਼ਰੂਰ ਅਗਲਾ ਜਿਹੜਾ ਇੱਕ ਪੜਾਅ ਹੋਏਗਾ ਆਮ ਆਦਮੀ ਪਾਰਟੀ ਦੀ ਦੇ ਮੇਅਰ ਦੇ ਲਈ, ਜਿਹੜੇ ਕੁਲਦੀਪ ਕੁਮਾਰ ਨੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਆ। ਹਾਲਾਂਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਭਾਰਤੀ ਜਨਤਾ ਪਾਰਟੀ ਦੇ ਬਣ ਚੁੱਕੇ ਆ। ਇੰਡੀਆ ਅਲਾਇੰਸ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਲੋਕਾਂ ਦੀ ਮਦਦ ਕਰਨ ਦੇ ਲਈ, ਲੋਕਾਂ ਨੂੰ ਸੁਖਾਲੇ ਕਰਨ ਦੇ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਚੀਜ਼ਾਂ ਨੇ ਜਿਹੜੀਆਂ ਕੀਤੀਆਂ ਜਾਣੀਆਂ, ਪਰ ਮੁੱਖ ਤੌਰ ਦੇ ਉੱਤੇ ਮੁਫਤ ਪਾਣੀ ਅਤੇ ਮੁਫਤ ਪਾਰਕਿੰਗ ਦਾ ਜਿਹੜਾ ਮੁੱਦਾ ਉਹ ਜ਼ਿਆਦਾ ਗੂੰਜ ਰਿਹਾ। ਅਤੇ ਹੁਣ ਵੇਖਣਾ ਬਣਦਾ ਹੈ ਕਿ ਚੰਡੀਗੜ੍ਹ ਦੇ ਗਵਰਨਰ, ਚੰਡੀਗੜ੍ਹ ਦੇ ਪ੍ਰਸ਼ਾਸਕ ਇਸ ਦੇ ਉੱਤੇ ਆਪਣਾ ਕਿਸ ਤਰੀਕੇ ਦਾ ਫੈਸਲਾ ਸੁਣਾਉਂਦੇ ਹੈ। ਪਰ ਭਾਰਤੀ ਜਨਤਾ ਪਾਰਟੀ ਨੇ ਆਖਿਆ ਹੈ ਕਿ 20,000 ਦੀ ਥਾਂ 'ਤੇ 40,000 ਲੀਟਰ ਪਾਣੀ ਹੈ ਜਿਹੜਾ ਉਹ ਮੁਫਤ ਵੰਡਿਆ ਜਾਣਾ ਚਾਹੀਦਾ। ਅਤੇ ਇਹਦੇ 'ਤੇ ਫਿਰ ਆਮ ਆਦਮੀ ਪਾਰਟੀ ਦੇ ਮੇਅਰ ਦੇ ਵੱਲੋਂ ਅਤੇ ਉਹਨਾਂ ਦੇ ਸਹਿਯੋਗੀਆਂ ਸਾਥੀਆਂ ਦੇ ਵੱਲੋਂ ਪਲਟਵਾਰ ਕਰਦਿਆਂ ਹੋਇਆਂ ਆਖਿਆ ਗਿਆ ਹੈ ਕਿ ਜਦੋਂ 9 ਸਾਲ
ਭਾਰਤੀ ਜਨਤਾ ਪਾਰਟੀ ਸੱਤਾ ਦੇ ਵਿੱਚ ਰਹੀ ਹੈ ਤਾਂ ਫਿਰ ਉਦੋਂ ਇਹ ਜਿਹੜੀ ਗੱਲ ਹੈ ਇਹ ਕਿੱਥੇ ਗਈ ਸੀ? ਉਹ ਜੋ ਮੁਫ਼ਤ ਪਾਣੀ ਵਾਲਾ ਮੁੱਦਾ ਕਿੱਥੇ ਗਿਆ ਸੀ? ਉਹਨਾਂ ਆਖਿਆ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਲੋਕਾਂ ਦੇ ਉੱਤੇ ਬੇਲੋੜੇ ਖਰਚੇ ਪਾ ਕੇ, ਬੇਲੋੜੇ ਟੈਕਸ ਪਾ ਕੇ ਉਹਨਾਂ ਦੀਆਂ ਜੇਬਾਂ ਨੂੰ ਵੱਡੀ ਕੈਂਚੀ ਮਾਰੀ ਹੈ। ਪਰ ਹੁਣ ਤੋਂ ਐਸਾ ਨਹੀਂ ਹੋਏਗਾ, ਕਿਉਂਕਿ ਆਮ ਆਦਮੀ ਪਾਰਟੀ ਦੀ ਇੱਥੇ ਹੁਣ ਤੋਂ ਅਹੁਦੇਦਾਰੀ ਪ੍ਰਧਾਨਗੀ ਚੱਲਿਆ ਕਰੇਗੀ। ਅਤੇ ਹੁਣ ਵੇਖਣਾ ਬਣਦਾ ਹੈ ਕਿ ਗਵਰਨਰ ਦੇ ਵੱਲੋਂ ਇਸ ਦੇ ਉੱਤੇ ਕਿਸ ਤਰੀਕੇ ਦਾ ਵਿਚਾਰ ਕੀਤਾ ਜਾਂਦਾ ਹੈ ਅਤੇ ਕੀ ਇਸ ਨੂੰ ਪਾਸ ਕੀਤਾ ਜਾਂਦਾ ਹੈ ਜਾਂ ਫਿਰ ਇਹਦੇ ਵਿੱਚ ਵੀ ਕੋਈ ਨਾ ਕੋਈ ਅੜਿੱਕਾ ਲੱਗ ਜਾਏਗਾ।